ਸਤਿ ਸ੍ਰੀ ਅਕਾਲ ਦੋਸਤੋ ਮੈਂ ਪਰਮਿੰਦਰਜੀਤ ਸਿੰਘ ਈਗਲ ਈਗਲ ਮੈਡੀਕਲ ਕਲਬ ਦੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦਾ ਜੋ ਸਮਾਂ ਚੱਲ ਰਿਹਾ ਹੈ ਬਹੁਤੀਆਂ ਰੂਹਾਂ ਦੇ ਵਿੱਚ ਮਾਨਸਿਕ ਤਣਾਅ ਹੈ ਚਿੰਤਾ ਰੋਗ ਹੈ ਚਿੰਤਾ ਰੋਗ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੂੰ ਇਹ ਸਮਝ ਨਹੀਂ ਲੱਗਦੀ ਉਹ ਕੀ ਕਰਨ ਪਰ ਤੁਹਾਨੂੰ ਅਸੀਂ ਦੱਸ ਦਈਏ ਕਿ ਚਿੰਤਾ ਰੋਗ ਸਭ ਤੋਂ ਵੱਡਾ ਰੋਗ ਹੈ ਇਸ ਰੋਗ ਤੋਂ ਸਰੀਰ ਨੂੰ ਹੋਰ ਕਈ ਰੋਗ ਲੱਗਦੇ ਹਨ ਜਿਹੜੀਆਂ ਰੂਹਾਂ ਬਹੁਤ ਜ਼ਿਆਦਾ ਸੋਚਦੀਆਂ ਹਨ ਉਹ ਵਿਕਾਰਾਂ ਦੇ ਨਾਲ ਘਿਰੇ ਰਹਿੰਦੀਆਂ ਹਨ ਸਰੀਰਿਕ ਵਿਕਾਰਾਂ ਦੇ ਨਾਲ ਘਿਰੇ ਰਹਿੰਦੀਆਂ ਹਨ ਬਹੁਤ ਜ਼ਿਆਦਾ ਡਰ ਦੇ ਵਿੱਚ ਰਹਿਣ ਵਾਲੇ ਮਨ ਅਕਸਰ ਹੀ ਪੇਟ ਅਤੇ ਜਿਗਰ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਹੁੰਦੇ ਹਨ ਬਹੁਤ ਜ਼ਿਆਦਾ ਚਿੰਤਾ ਕਰਨ ਵਾਲੇ ਮਨ ਆਉਣ ਵਾਲੇ ਸਮੇਂ ਬਾਰੇ ਸੋਚਣ ਵਾਲੇ ਮਨ ਅਕਸਰ ਹੀ ਗਰਦਨ ਜਾਂ ਪਿੱਠ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਹੁੰਦੇ ਹਨ ਜਿਹੜੇ ਲੋਕ ਬਹੁਤ ਜ਼ਿਆਦੀ ਚੁਗਲੀ ਨਿੰਦਿਆ ਕਰਦੇ ਹਨ ਲੋਕਾਂ ਦਾ ਮਾੜਾ ਸੋਚਦੇ ਹਨ ਉਹ ਜੋੜਾ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਜਿਸ ਤਰ੍ਹਾਂ ਦਾ ਅਸੀਂ ਮਨ ਦੀ ਅਵਸਥਾ ਬਣਾ ਲੈਂਦੇ ਹਾਂ ਉਸ ਤਰ੍ਹਾਂ ਦੀ ਸਾਡੇ ਅੰਦਰ ਵਿਕਾਰ ਪੈਦਾ ਹੋ ਜਾਂਦੇ ਹਨ ਜੇਕਰ ਅਸੀਂ ਮਨ ਨੂੰ ਪੋਜ਼ਿਟਿਵ ਅਵੇਤ ਲੈ ਕੇ ਚੱਲੀਏ ਮਨ ਵਿੱਚ ਪੋਜ਼ਿਟਿਵ ਵਿਚਾਰ ਲਈਏ ਮਨ ਨੂੰ ਪੋਜ਼ਿਟਿਵ ਫੀਡ ਦੇਈਏ ਤਾਂ ਸਾਡੇ ਸਰੀਰ ਦੇ ਅੰਦਰ ਵਿਕਾਰ ਹੋਣੇ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ ਮਨ ਹੀ ਬਿਮਾਰੀ ਨੂੰ ਲਗਾਉਂਦਾ ਤੇ ਮਨ ਹੀ ਬਿਮਾਰੀ ਨੂੰ ਖਤਮ ਕਰਦਾ ਇਹ ਤੁਹਾਡੇ ਮਨ ਦੀ ਅਵਸਥਾ ਹੀ ਤੈਅ ਕਰੇਗੀ ਕਿ ਤੁਹਾਡੇ ਸਰੀਰ ਨੂੰ ਇਸਨੇ ਕਿਸ ਤਰ੍ਹਾਂ ਰੱਖਣਾ ਜੇਕਰ ਤੁਹਾਡੇ ਮਨ ਦੀ ਅਵਸਥਾ ਮਜ਼ਬੂਤ ਹੈ ਸਕਾਰਾਤਮਕ ਹੈ ਤਾਂ ਤੁਹਾਡੇ ਤੇ ਜ਼ਹਿਰ ਵੀ ਅਸਰ ਨਹੀਂ ਕਰੇਗਾ ਅਗਰ ਤੁਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਤੁਸੀਂ ਮਾਨਸਿਕ ਤੌਰ ਤੇ ਪੀੜਾ ਦੇ ਵਿੱਚ ਹੋ ਤੁਸੀਂ ਮਾਨਸਿਕ ਤੌਰ ਤੇ ਤੇ ਚਿੰਤਾ ਵਿੱਚ ਹੋ ਤਾਂ ਤੁਹਾਨੂੰ ਅਮਰਤ ਵੀ ਬਿਮਾਰ ਕਰੇਗਾ ਸੋ ਕਦੇ ਵੀ ਮਨ ਦੇ ਉੱਤੇ ਚਿੰਤਾ ਦਾ ਬੋਝ ਨਾ ਪਾਓ ਲੋੜ ਤੋਂ ਜ਼ਿਆਦਾ ਕਿਸੇ ਬਾਰੇ ਸੋਚੋ ਨਾ ਲੋੜ ਤੋਂ ਜ਼ਿਆਦਾ ਫਿਊਚਰ ਬਾਰੇ ਨਾ ਸੋਚੋ ਚੁਗਲੀ ਨਿੰਦਿਆ ਨਾ ਕਰੋ ਕਿਸ ਦਾ ਮਾਰਾ ਨਾ ਸੋਚੋ ਜਦੋਂ ਤੁਸੀਂ ਆਪਣੇ ਮਨ ਨੂੰ ਪਿਓਰ ਪਵਿੱਤਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੁਹਾਡੇ ਅੰਦਰ ਦੇ ਵਿਕਾਰ ਖਤਮ ਹੋਣੇ ਸ਼ੁਰੂ ਹੋ ਜਾਣਗੇ ਐਸੀ ਅਵਸਥਾ ਦੇ ਵਿੱਚ ਜਦੋਂ ਤੁਸੀਂ ਆਪਣੇ ਆਪ ਤੇ ਬਦਲਾਅ ਲੈ ਕੇ ਆਉਂਗੇ ਤੁਹਾਡੇ ਅੰਦਰ ਇੱਕ ਸਕਾਰਾਤਮਕ ਪੋਜ਼ਿਟਿਵ એનર્ਜੀ ਫਲੋ ਹੋਣੀ ਸ਼ੁਰੂ ਹੋ ਜਾਏਗੀ ਜਦੋਂ ਤੁਸੀਂ ਮਨ ਦੇ ਵਿੱਚੋਂ ਚੁਗਲੀ ਨਿੰਦਿਆ ਡਰ ਨੂੰ ਕੱਢ ਦਿੱਤਾ ਤਾਂ ਤੁਹਾਡਾ ਮਨ ਪੋਜ਼ਿਟਿਵ ਹੋ ਜਾਵੇਗਾ ਮਨ ਪੋਜ਼ਿਟਿਵ ਹੋਣ ਦੇ ਨਾਲ ਤੁਹਾਡੇ ਅੰਦਰ ਯੂਨੀਵਰਸਲ ਦੀ ਪੋਜ਼ਿਟਿਵ ਐਨਰਜੀ ਫਲੋ ਹੋਣੀ ਸ਼ੁਰੂ ਹੋ ਜਾਏਗੀ। ਐਸੀ ਅਵਸਥਾ ਦੇ ਵਿੱਚ ਤੁਹਾਡੇ ਅੰਦਰ ਦੇ ਬੇਕਾਰ ਖਤਮ ਹੋਣੇ ਸ਼ੁਰੂ ਹੋ ਜਾਣਗੇ ਤੁਸੀਂ ਪਵਿੱਤਰ ਸ਼ੁੱਧ ਹੋਣਾ ਸ਼ੁਰੂ ਹੋ ਜਾਓਗੇ। ਤੁਹਾਡੇ ਉੱਤੇ ਜ਼ਹਿਰ ਵੀ ਅਸਰ ਕਰਨਾ ਬੰਦ ਕਰ ਦੇਵੇਗਾ। ਤੁਹਾਡੇ ਤੁਹਾਡੇ ਨਾਲ ਕੀਤੀਆਂ ਗਈਆਂ ਮਾੜੀਆਂ ਚੀਜ਼ਾਂ ਜਾਂ ਮਾੜੀਆਂ ਗੱਲਾਂ ਤੁਹਾਡੇ ਬਾਰੇ ਉਹ ਤੁਹਾਡੇ ਲਈ ਅਮਰਤ ਹੋ ਹੀ ਹੋਣੀਆਂ ਸ਼ੁਰੂ ਹੋ ਜਾਣਗੀਆਂ। ਸੋ ਕਦੇ ਵੀ ਮਨ ਦੇ ਉੱਤੇ ਲੋਡ ਨਹੀਂ ਲੈ ਕੇ ਆਉਣਾ ਅਗਰ ਤੁਸੀਂ ਪੇਟ ਦੀਆਂ ਮਾਨ ਦੀਆਂ ਜਾਂ ਸਰੀਰ ਦੀਆਂ ਬਿਮਾਰੀਆਂ ਤੋਂ ਬਚਣਾ ਤਾਂ ਨਿਕਾਰਾਤਮਿਕ ਨਹੀਂ ਸੋਚਣਾ। ਇਹਨਾਂ ਵਿਸ਼ਿਆਂ ਦੇ ਉੱਤੇ ਅਸੀਂ ਅਕਸਰ ਵਿਚਾਰ ਨਹੀਂ ਕਰਨਾ ਚਾਹੁੰਦੇ ਪਰ ਇਹ ਵਿਸ਼ੇ ਵਿਚਾਰਨ ਵਾਲੇ ਹਨ। ਸੋ ਮੈਨੂੰ ਆਸ਼ਾ ਹੈ ਕਿ ਤੁਸੀਂ ਆਪਣੇ ਮਨ ਦੀ ਅਵਸਥਾ ਨੂੰ ਇੰਪਰੂਵ ਕਰੋਗੇ, ਧਿਆਨ ਸਮਾਧੀ ਨਾਲ ਜੁੜੋਗੇ, ਚੁਗਲੀ ਨਿੰਦਿਆ ਤੋਂ ਪਰਹੇਜ਼ ਕਰੋਗੇ, ਲੋਕਾਂ ਬਾਰੇ ਸੋਚਣਾ ਬੰਦ ਕਰੋਗੇ। ਜਿਸ ਦਿਨ ਤੁਸੀਂ ਲੋਕਾਂ ਬਾਰੇ ਸੋਚਣਾ ਬੰਦ ਕਰ ਦਿੱਤਾ ਉਸੇ ਦਿਨ ਤੋਂ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਵੇਗੀ ਸੋ ਅੱਜ ਦੇ ਲਈ ਮੈਨੂੰ ਆਸ਼ਾ ਤੁਸੀਂ ਆਪਣੇ ਮਨ ਨੂੰ ਮਜ਼ਬੂਤ ਬਣਾਓਗੇ ਸਟਰੋਂਗ ਬਣਾਓਗੇ ਤੇ ਇੱਕ ਪੋਜ਼ਿਟਿਵ ਮਾਈਂਡ ਦੇ ਨਾਲ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋਗੇ ਤੇ ਤੁਹਾਡੀ ਜ਼ਿੰਦਗੀ ਜ਼ਰੂਰ ਬਦਲੇਗੀ ਸੋ ਆਸਬੰਦ ਰਹੋ ਨਿਰਾਸ਼ਾ ਵਿੱਚ ਨਾ ਜਾਓ ਧੰਨਵਾਦ